ਕਾਹਨ ਸਿੰਘ ਰਚਨਾ ਵਿਚਾਰ ਮੰਚ ਵੱਲੋਂ ਨਾਭਾ ਦੇ ਰੋਟਰੀ ਕਲੱਬ ਵਿਖੇ 23ਵਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੇ ਵਿੱਚ ਪੰਜਾਬ ਦੀਆਂ ਨਾਲ ਲੱਗਦੀਆਂ ਸਟੇਟਾਂ ਦੇ ਕਈ ਹੋਰ ਕੋਨਿਆਂ ਤੋਂ 70 ਦੇ ਕਰੀਬ ਕਵੀਆਂ ਨੇ ਭਾਗ ਲਿਆ। ਇਸ ਕਵੀ ਦਰਬਾਰ ਦੇ ਵਿੱਚ ਵੱਖ ਵੱਖ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਕਵੀ ਦਰਬਾਰ ਦੇ ਦੌਰਾਨ ਪੰਜਾਬ ਦੇ ਨਾਇਕ ਕਵੀ ਸੁਰਜੀਤ ਪਾਤਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਵੀਆਂ ਵੱਲੋਂ ਸਮਾਜ ਦੀਆਂ ਵੱਖ ਵੱਖ ਕਿਰਤੀਆਂ ਬਾਰੇ ਆਪਣੇ ਸ਼ਬਦਾਂ ਰਾਹੀਂ ਚਾਨਣਾ ਪਾਇਆ ਗਿਆ। ਇਸ ਮੌਕੇ ਮੰਚ ਵੱਲੋਂ ਕਵੀਆਂ ਅਤੇ ਕਈ ਸ਼ਹਿਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਕਵੀ ਦਰਬਾਰ ਦੇ ਦੌਰਾਨ ਸ਼ਹਿਰਾਂ ਦੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 23ਵਾਂ ਨਾਭਾ ਕਵਿਤਾ ਉਤਸਵ ਕਰਵਾਇਆ ਜਾ ਰਿਹਾ ਰੋਟਰੀ ਕਲੱਬ ਨਾਭਾ ਵਿਖੇ। ਸਾਨੂੰ ਖੁਸ਼ੀ ਹੈ ਕਿ ਇਸ ਸਾਡੀ ਸੰਸਥਾ ਨੂੰ ਇਸ ਨਾਭਾ ਕਵਿਤਾ ਉਤਸਵ ਨੂੰ ਜਿੱਥੇ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਪੰਜਾਬੀ ਅਕੈਡਮੀ ਦਿੱਲੀ ਦਾ ਸਹਿਯੋਗ ਹੈ, ਉੱਥੇ ਸਾਨੂੰ ਰੋਟਰੀ ਕਲੱਬ ਨਾਭਾ ਦਾ ਵੀ ਹਰ ਸਾਲ ਲਗਾਤਾਰ ਸਹਿਯੋਗ ਮਿਲ ਰਿਹਾ। ਪ੍ਰਧਾਨ ਜੀ ਮੇਰੇ ਨਾਲ ਹੀ ਖੜ੍ਹੇ ਨੇ ਅਤੇ ਸਾਨੂੰ ਇਹ ਹਮੇਸ਼ਾ ਹੀ ਬਹੁਤ ਸਹਿਯੋਗ ਦਿੰਦੇ ਆ ਰਹੇ ਨੇ। ਇਸ ਕਵਿਤਾ ਉਤਸਵ ਦੀ ਇੱਕ ਤਾਂ ਇਹ ਖੂਬੀ ਹੈ ਕਿ ਇਸ ਵਾਰ ਅਸੀਂ ਇਹਦੇ ਵਿੱਚ ਜਿਹੜੇ 52 ਕਵੀ ਬੁਲਾਏ ਨੇ ਉਹ 52 ਕਵੀ ਬੁਲਾਏ ਨੇ ਜਿਹੜੇ ਤਰੰਨਮ ਦੇ ਵਿੱਚ ਬੋਲ ਰਹੇ ਨੇ ਅਤੇ ਕਵਿਤਾ ਉਤਸਵ ਅੰਦਰ ਚੱਲ ਰਿਹਾ ਅਤੇ ਜਿਨ੍ਹਾਂ ਨੇ ਗਾਉਂਦੀ ਸ਼ਾਇਰੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਗਾ ਕੇ ਆਪਣੀ ਮੌਲਿਕ ਰਚਨਾ ਨੂੰ ਬੋਲਣਾ ਅਤੇ ਬੜਾ ਹੀ ਬਹੁਤ ਵਧੀਆ ਅੰਦਰ ਪ੍ਰਭਾਵ ਸਿਰਜਿਆ ਜਾ ਰਿਹਾ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦਾ ਹਿੰਦੁਸਤਾਨ ਦੇ ਵਿੱਚ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਇੱਕ ਕਵਿਤਾ ਰਾਹੀਂ ਇੱਕ ਨਵਾਂ ਸੁਨੇਹਾ ਦੇਈਏ ਅਤੇ ਅਸੀਂ ਲੋਕਾਂ ਨੂੰ ਪਿਆਰ ਮੁਹੱਬਤ ਮੋਹ ਮੁਹੱਬਤ ਪੰਜਾਬ ਪੰਜਾਬੀ ਪੰਜਾਬੀਅਤ ਦਾ ਸੁਨੇਹਾ ਦੇਈਏ ਅਤੇ ਇਹ ਨਾਭਾ ਕਵਿਤਾ ਉਤਸਵ ਦੇ ਵਿੱਚ ਬਹੁਤ ਸਾਰੇ ਪਬਲਿਸ਼ਰ ਆਉਂਦੇ ਨੇ, ਬਹੁਤ ਸਾਰੇ ਦੂਰੋਂ ਦੂਰੋਂ ਕਵੀ ਆਉਂਦੇ ਨੇ, ਬਹੁਤ ਸਾਰੇ ਸਰੋਤੇ ਆਉਂਦੇ ਨੇ ਅਤੇ ਇੱਥੋਂ ਦੀਆਂ ਸਾਰੀਆਂ ਹੀ ਸੰਸਥਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ, ਸਾਰੇ ਪੱਤਰਕਾਰ ਸਾਹਿਬਾਨ ਦਾ ਬਹੁਤ ਵੱਡਾ ਸਹਿਯੋਗ ਹੈ। ਸਾਨੂੰ ਖੁਸ਼ੀ ਹੈ ਕਿ ਇਸ ਵਾਰੀ ਇਸ ਟਾਈਮ ਬਹੁਤ ਭਰਿਆ ਹੋਇਆ ਮੇਲਾ ਨਾਭਾ ਕਵਿਤਾ ਉਤਸਵ ਅਤੇ ਸਾਰੇ ਅੰਦਰ ਕਵਿਤਾ ਦਾ ਮਾਣ ਰਹੇ ਨੇ, ਮਾਣ ਪੂਰਾ ਹੋ ਰਿਹਾ ਅਤੇ ਅੱਗੋਂ ਵੀ ਅਸੀਂ ਇਸ ਤਰ੍ਹਾਂ ਇਸ ਸਾਰੀਆਂ ਸੰਸਥਾਵਾਂ ਦੇ ਸਹਿਯੋਗ। ਪੰਜਾਬ ਨਾਲ ਪੰਜਾਬੀ ਕਵਿਤਾ ਨਾਲ ਬਹੁਤ ਗਹਿਰਾ ਰਿਸ਼ਤਾ, ਬੇਸ਼ੱਕ ਗੁਰਬਾਣੀ ਆ, ਬੇਸ਼ੱਕ ਸੂਫੀ ਕਲਾਮ ਹੈ, ਕਿੱਸੇ ਆ, ਵਾਰਾਂ ਆ ਜਾਂ ਸਾਡੇ ਲੋਕ ਗੀਤ ਆ ਕਿ ਉਹ ਬਿਲਕੁਲ ਸੰਗੀਤ ਦੇ ਵਿੱਚ ਘੁਲੇ ਮਿਲੇ ਆ। ਸੋ ਅੱਜ ਵੀ ਸੁਣ ਕੇ ਕਈ ਬਿਲਕੁਲ ਨਵੇਂ ਚਿਹਰੇ ਸੀ ਪਰ ਬਹੁਤ ਪਕਿਆਈ ਵਾਲੀ ਅਤੇ ਬਹੁਤ ਗਹਿਰਾਈ ਵਾਲੀ ਕਵਿਤਾ ਸੀ। ਸੋ ਔਰ ਸੁਣਨ ਵਾਲੇ ਵੀ ਪੂਰੇ ਜਿਸ ਤਰ੍ਹਾਂ ਮੰਤਰ ਮੁਗਧ ਹੋ ਕੇ ਸੁਣ ਰਹੇ ਸੀ, ਔਰ ਸੁਣਨਾ ਵੀ ਆਪਣੇ ਆਪ 'ਚ ਇੱਕ ਕਲਾ, ਸੁਣਨਾ ਵੀ ਆਪਣੀ ਇੱਕ ਸ਼ਖਸੀਅਤ ਦਾ ਇੱਕ ਗੁਣ ਹੈ। ਸੋ ਮੈਂ ਸਮਝਦਾ ਕਿ ਇਹਨਾਂ ਗੱਲਾਂ ਦਾ ਬਹੁਤ ਸਿਰਫ ਸਾਹਿਤ 'ਤੇ ਨਹੀਂ ਤੁਹਾਡੇ ਮਨਾਂ ਦੇ ਉੱਪਰ ਅਸਰ ਹੁੰਦਾ ਔਰ ਮਨ ਅੱਗੋਂ ਦੇਸ਼ ਨੂੰ ਵਧੀਆ ਬਣਾਉਣ ਲਈ ਵੀ ਕੋਸ਼ਿਸ਼ ਕਰਦੇ ਆ, ਸਮਾਜ ਨੂੰ ਵੀ ਵਧੀਆ ਬਣਾਉਣ ਦੀ ਕੋਸ਼ਿਸ਼। ਸੋ ਕਵਿਤਾ ਜਾਂ ਸੰਗੀਤ ਹੈ ਸਾਡੇ ਸਾਨੂੰ ਹੋਰ ਸੰਵੇਦਨਸ਼ੀਲ ਅਤੇ ਹੋਰ ਸਾਨੂੰ ਮਾਨਵਤਾ ਅਤੇ ਕੁਦਰਤ ਦੇ ਨੇੜੇ ਲੈ ਕੇ। ਵਧੀਆ ਸਾਡੇ ਨਾਭੇ ਸ਼ਹਿਰ 'ਚ ਉਪਰਾਲਾ ਜੋ ਕਿ ਸਾਡੇ ਦਰਸ਼ਨ ਬੂਟਰ ਜੀ ਜੋ ਕਿ ਸਾਡੇ ਉਹਨਾਂ ਦੀ ਦੇਖ ਰੇਖ 'ਚ ਹੁੰਦਾ ਅਤੇ ਸਾਡਾ ਰੋਟਰੀ ਕਲੱਬ ਵੀ ਭਾਗਿਆਸ਼ਾਲੀ ਹੈ ਕਿ ਇੱਥੇ ਸਾਰੇ ਦੇਸ਼ ਦੇ ਜੋ ਕਵੀ ਨੇ ਜਾਂ ਜਿੰਨਾ ਕਿ ਸਾਡਾ ਆਪਾਂ ਸਮਝ ਸਕਦੇ ਸਾਡਾ ਪੰਜਾਬੀ ਵਿਰਸਾ ਹੈ ਉਹਦੇ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਨੇ। ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਅਤੇ ਸਮੂਹ ਨਗਰ ਕੌਂਸਲ ਨਾਭਾ ਵੱਲੋਂ ਅਤੇ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਕੈਬਨਿਟ ਮੰਤਰੀ ਪੰਜਾਬ ਜੀ ਵੱਲੋਂ ਹਾਜ਼ਰੀ ਲਵਾਉਂਦੇ ਹੋਏ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਅਤੇ ਜਿਹੜੇ ਬੰਦੇ ਬਾਹਰੋਂ ਸਾਡੇ ਆਏ ਨੇ, ਮਹਿਮਾਨ ਆਏ ਨੇ, ਉਹਨਾਂ ਨੂੰ ਜੀਆਂ ਆਖਦਾ ਅਤੇ ਇਹ ਇੱਕ ਬਹੁਤ ਵੱਡਾ ਵਧੀਆ ਉਪਰਾਲਾ ਜਿਹਦੇ ਨਾਲ ਕਿ ਸਾਡੇ ਜੋ ਬੱਚੇ ਨੇ ਦੇਸ਼ ਦਾ ਭਵਿੱਖ ਨੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬੜਾ ਇੱਥੇ ਠਾਠਾ ਮਾਰਦਾ ਇਕੱਠ ਹੈ, ਬੜੀ ਦੁਨੀਆ ਆਈ ਵੀ ਹੈ। ਮੈਂ ਆਪਣੇ ਵੱਲੋਂ ਫਿਰ ਮੁੜ ਤੋਂ ਇਹਨਾਂ ਨੂੰ ਵਧਾਈ ਦਿੰਦਾ। ਜਿਹੜਾ ਤੁਸੀਂ ਘੱਟ ਸਕਦੇ ਬਿਆਨ ਕਰ ਸਕੋ, ਅੱਜ ਭਾਈ ਕਾਹਨ ਸਿੰਘ ਰਚਨਾ ਵਿਚਾਰ ਮੰਚ ਨਾਭਾ ਵੱਲੋਂ 23ਵਾਂ ਕਵਿਤਾ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜਿੰਨੇ ਵੀ ਸ਼ਾਇਰ ਆਏ ਨੇ ਸਭ ਗਾ ਕੇ ਸੁਣਾ ਰਹੇ ਨੇ ਬਾ ਤਰੰਨਮ, ਅਤੇ ਇਹ 23ਵਾਂ ਕਵਿਤਾ ਉਤਸਵ ਨਾਭੇ ਦਾ ਸ਼ਾਨ ਹੈ। ਇਹਦੇ ਵਿੱਚ
ਪੂਰੇ ਪੰਜਾਬ, ਹਰਿਆਣਾ, ਦਿੱਲੀ, ਜਾਪਾਨ, ਕੈਨੇਡਾ ਤੋਂ ਸ਼ਾਇਰ ਪਹੁੰਚੇ ਨੇ ਅਤੇ ਪੂਰਾ ਨਾਭਾ ਦੇ ਇਲਾਕਾ ਨਿਵਾਸੀ ਇਹਨੂੰ ਇੰਜੋਏ ਕਰ ਰਹੇ ਨੇ। ਕਵੀ ਦਰਬਾਰ ਦਾ ਸਾਨੂੰ ਹਮੇਸ਼ਾ ਹੀ ਕਰੇਜ਼ ਰਹਿੰਦਾ ਹੈ ਨਾ, ਸਾਲ ਭਰ ਅਸੀਂ ਉਡੀਕ ਕਰਦੇ ਹਾਂ। ਜੋ ਕਵਿਤਾ ਦੀ ਕਰੀਮ ਇੱਥੇ ਪੇਸ਼ ਹੋਣੀ ਹੁੰਦੀ ਹੈ ਉਹ ਕਿਤੇ ਵੀ ਨਹੀਂ ਹੁੰਦੀ। ਹਰ ਕਵੀ ਅਵੇਅਰ ਹੁੰਦਾ ਕਿ ਜੋ ਅਸੀਂ ਇੱਥੇ ਸੁਣਾਈਏ ਉਹ ਬਹੁਤ ਪਾਏਦਾਰ ਹੋਣਾ ਚਾਹੀਦਾ। ਤਾਂ ਵਕਤ ਦਾ ਅੱਜ ਦਾ ਤਕਾਜ਼ਾ ਇਹ ਹੈ ਕਿ ਮੈਨੂੰ ਤਾਂ ਮੁਹੱਬਤਾਂ ਦੇ ਗੀਤ ਨਹੀਂ ਸੁੱਝਦੇ, ਤਾਂ ਮੈਨੂੰ ਤਾਂ ਇਹ ਹੈ ਕਿ ਅਸੀਂ ਕ੍ਰਾਂਤੀਕਾਰੀ ਪਰਿਵਾਰ ਤੋਂ ਹਾਂ, ਅੱਜ ਸਾਡਾ ਦੇਸ਼ ਜਿਸ ਹਾਲਾਤ ਵਿੱਚੋਂ ਗੁਜ਼ਰ ਰਿਹਾ, ਮੈਂ ਉਸਦੇ ਸੰਬੰਧਿਤ ਕੁਝ ਟੱਪੇ ਲਿਖੇ ਸੀ, ਤਾਂ ਉਹੀ ਟੱਪੇ ਮੈਂ ਅੱਜ ਇੱਥੇ ਪੇਸ਼ ਕੀਤੇ ਹੈ। ਉਹਨਾਂ ਵਿੱਚ ਇੱਕ ਟੱਪਾ ਤੁਹਾਨੂੰ ਸੁਣਾਉਂਗੀ। ਉਹ ਸਾਸੂਲੀ ਉੱਤੇ ਟੰਗਿਆ ਏ, ਸਾਸੂਲੀ ਉੱਤੇ ਟੰਗਿਆ ਏ, ਤਨ ਤੇਰਾ ਜੇਰਾ ਦਿਲੀਏ, ਤਨ ਤੇਰਾ ਜੇਰਾ ਦਿਲੀਏ, ਜਿੰਨੇ ਚਾਇਆ ਤੈਨੂੰ ਡੰਗਿਆ ਏ, ਤਨ ਤੇਰਾ ਜੇਰਾ ਦਿਲੀਏ, ਜਿੰਨੇ ਚਾਇਆ ਤੈਨੂੰ ਡੰਗਿਆ ਏ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।